ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਹੋਰ ਮਹਿਮਾਨ ਸਾਡੇ ਕੋਲ ਪਹੁੰਚਿਆ ਮਿਸਟਰ ਮਹੇਸ਼ ਮਹਿਰਾ ਜੀ, ਸ਼੍ਰੀ ਵਿਕਾਸ ਮੋਦਗਿੱਲ ਜੀ, ਨਿਤਿਨ ਸ਼ਰਮਾ ਜੀ ਤੇ ਹਿਮਾਂਸ਼ੂ ਸ਼ਰਮਾ ਜੀ। ਤੇ ਜੇ ਇਸ ਟੀਮ ਦੀ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਬੈਕਗ੍ਰਾਉਂਡ ਮਿਊਜ਼ਿਕ ਕੀਤਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਦੇਸ਼ ਰਾਜ ਸ਼ਾਜਰੀ ਜੀ, ਅਸੀਂ ਜੀਆਂ ਨੂੰ ਆਖਦੇ ਹਾਂ ਤੁਹਾਨੂੰ ਵੀ ਸਰ, ਤੇ ਜਗਦੀਸ਼ ਤਿਵਾੜੀ ਜੀ ਜਿਹੜੇ ਇਸ ਫਿਲਮ ਦੇ ਵਿੱਚ ਏਡੀ ਦੀ ਭੂਮਿਕਾ ਵੀ ਨਿਭਾਈ ਆ ਤੇ ਕੈਰੈਕਟਰ ਵਿੱਚ ਵੀ ਨਜ਼ਰ ਆਉਣਗੇ। ਤੇ ਬਾਕੀ ਜੇ ਕੋਈ ਮੈਂ ਨਾਮ ਮਿਸ ਕਰ ਗਿਆ ਹੋਵੇ ਤਾਂ ਵਿਕਾਸ ਸਰ ਤੁਸੀਂ ਪਲੀਜ਼ ਜਦੋਂ ਅੱਗੇ ਐਕਸਪਲੇਨ ਕਰੋਗੇ ਤਾਂ ਜ਼ਰੂਰ ਦੱਸ ਦਿਓ। ਤੇ ਜੇ ਆਪਾਂ ਗੱਲ ਕਰੀਏ ਕਿ ਪੰਜਾਬੀ ਫਿਲਮਾਂ ਦਾ ਗ੍ਰਾਫ ਕਿੱਡਾ ਉੱਚਾ ਹੋ ਗਿਆ ਕਿ ਪੂਰੇ ਵਰਲਡ ਦੇ ਵਿੱਚ ਜਿਵੇਂ ਸਾਨੂੰ ਦੱਸਿਆ ਗਿਆ ਕਿ 8200 ਫਿਲਮਸ ਜਿਹੜੀਆਂ ਗਈਆਂ ਸੀਗੀਆਂ ਸਿਲੈਕਸ਼ਨ ਦੇ ਵਿੱਚੋਂ, ਉਹਦੇ ਵਿੱਚੋਂ ਸਿਰਫ 77 ਫਿਲਮਸ ਹੀ ਸਿਲੈਕਟ ਹੋਈਆਂ ਸਪੈਸ਼ਲ ਕਲੈਮਰੰਟ ਫੈਰੰਟ ਫਿਲਮ ਫੈਸਟੀਵਲ ਜੋ ਫਰਾਂਸ 2022 ਦੇ ਵਿੱਚ ਹੋਣ ਜਾ ਰਿਹਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚੋਂ ਸਿਰਫ ਇੱਕ ਹੀ ਫਿਲਮ ਸਿਲੈਕਟ ਹੋਈ ਆ ਤੇ ਉਹ ਖੁਸ਼ਬੂ ਹੈ, ਇਸ ਗੱਲ ਤੇ ਤਾੜੀਆਂ ਜ਼ਰੂਰ ਹਨ। ਇਹ ਕਹਾਣੀ ਹੈ ਜਿਹੜੀ ਉਹ ਕੇਸਰਾ ਰਾਮ ਜੀ ਨੇ ਲਿਖੀ ਆ। ਕੇਸਰਾ ਰਾਮ ਜੀ ਬਹੁਤ ਸਾਰੇ ਆਪਣੇ ਜਿਹੜੇ ਜਰਨਲਿਸਟ ਹੈਗੇ ਉਹ ਜਾਣਦੇ ਆ ਕੇਸਰਾ ਰਾਮ ਜੀ ਨੂੰ। ਉਹਨਾਂ ਨੂੰ ਇਸੇ ਸਾਲ ਕੈਨੇਡਾ ਤੋਂ ਇੱਕ ਬਹੁਤ ਵੱਡਾ ਪੁਰਸਕਾਰ ਮਿਲਿਆ ਉਹਨਾਂ ਨੂੰ, ਜੋ ਇੱਕ ਵਰਲਡ ਦਾ ਬਹੁਤ ਰਿਨਾਊਂਡ ਮਤਲਬ ਜਿਹੜਾ ਹੈਗਾ ਆ ਉਹ ਪੁਰਸਕਾਰ ਆ। ਇਹ ਮੈਂ ਜਦੋਂ ਕਹਾਣੀ ਪੜ੍ਹੀ, ਮੇਰੀ ਕੇਸਰਾ ਰਾਮ ਜੀ ਨਾਲ ਗੱਲ ਹੋਈ ਵੀ ਮੈਂ ਇਹਦੇ 'ਤੇ ਕੁਛ ਕਰਨਾ ਚਾਹੁੰਦਾ ਹਾਂ। ਕੇਸਰਾ ਰਾਮ ਜੀ ਬਹੁਤ ਹੀ ਫਰੈਂਡਲੀ ਨੇਚਰ ਦੇ ਬੰਦੇ ਨੇ, ਮਤਲਬ ਇੱਕ ਵਧੀਆ ਹਿਊਮਨ ਬੀਂਗ ਨੇ ਉਹ। ਉਹਨਾਂ ਨੇ ਕਿਹਾ ਵੀ ਇਹਦੇ 'ਚ ਕੋਈ ਰਾਈਟਸ ਜਾਂ ਪੈਸੇ ਦੀ ਕੋਈ ਗੱਲ ਨਹੀਂ, ਜੇ ਤੁਸੀਂ ਬਣਾਉਣਾ ਚਾਹੁੰਦੇ ਹਾਂ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਤੁਸੀਂ ਲੈ ਕੇ ਜਾਓ ਇਹਨੂੰ। ਉਸ ਤੋਂ ਬਾਅਦ ਫਿਰ ਇਹਦੀ ਸਕ੍ਰਿਪਟ ਲਿਖਣ ਤੋਂ ਬਾਅਦ ਪੰਜਾਬ ਦੇ ਵਿੱਚ ਇਹੋ ਜਿਹੀ ਜਿਹੜੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਥੋੜ੍ਹੀ ਮੇਨ ਸਟ੍ਰੀਮ ਤੋਂ ਹਟ ਕੇ ਫਿਲਮ ਬਣਾਉਣ ਲਈ ਪ੍ਰੋਡਿਊਸਰ ਲੱਭਣ ਦੇ ਵਿੱਚ ਕਾਫੀ ਪ੍ਰੋਬਲਮਸ ਆ ਗਈਆਂ ਸੀਗੀਆਂ। ਫਿਰ ਉਸ ਤੋਂ ਬਾਅਦ ਮੇਰੀ ਨਰੇਸ਼ ਜੀ ਨਾਲ ਗੱਲ ਹੋਈ, ਇਹਨਾਂ ਨੇ ਜਦੋਂ ਸਕ੍ਰਿਪਟ ਸੁਣੀ ਇਹਨਾਂ ਨੇ ਇੱਕਦਮ ਹੀ ਹਾਂ ਕਹਿਤਾ ਸਾਹਿਲ ਪ੍ਰੋਡਕਸ਼ਨ, ਜਦੋਂ ਮੈਂ ਇਹਨਾਂ ਨੂੰ ਸੁਣਾਇਆ। ਪਰ ਉਸ ਤੋਂ ਪਹਿਲਾਂ ਕਾਫੀ ਲੰਬੀ ਚੌੜੀ ਸਟੋਰੀ ਆ, ਮੈਂ ਉਹਦੇ 'ਚ ਡਿਟੇਲ 'ਚ ਜਾਣਾ ਨਹੀਂ ਚਾਹੁੰਦਾ ਕਿਉਂਕਿ ਉਹਦੇ 'ਚ ਬਹੁਤ ਸਾਰੇ ਬੰਦਿਆਂ ਦੇ ਫਿਰ ਨਾਮ ਆਉਣਗੇ ਜਿਹੜੇ ਸੋਸ਼ਲ ਮੀਡੀਆ 'ਤੇ ਤਾਂ ਆਪਣੇ ਆਪ ਨੂੰ ਬੜਾ ਵੀ ਅਸੀਂ ਮਨੁੱਖਤਾ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬੀਅਤ ਦੀ ਗੱਲ ਕਰਦੇ ਹਾਂ, ਤਾਂ ਜਦੋਂ ਪ੍ਰੈਕਟੀਕਲ ਆਉਂਦਾ ਆ ਉਦੋਂ ਫਿਰ ਮਤਲਬ ਤੁਸੀਂ ਇੱਕ ਮਾਈਨਰ ਜੀ ਵੀ ਅਮਾਊਂਟ ਇਨਵੈਸਟ ਕਰਨ 'ਚ ਡਰਦੇ ਹੋ। ਮੋਸਟਲੀ ਸਾਡੇ ਕਰਿਊ ਮੈਂਬਰ ਜਿਹੜੇ ਸੀਗੇ ਉਹ ਬੰਬੇ ਤੋਂ ਸੀ ਟੀਮ, ਪ੍ਰੋਡਕਸ਼ਨ ਡਿਜ਼ਾਇਨਰ ਤਾਂ ਐਸੋਸੀਏਟ ਡਾਇਰੈਕਟਰ ਸਪਨਾ ਚੰਦਰਾ ਆ, ਉਹਦੀਆਂ ਆਲਰੇਡੀ ਜਿਹੜੀਆਂ ਫਿਲਮਾਂ ਆ ਬਹੁਤ ਸਾਰੇ ਇੰਟਰਨੈਸ਼ਨਲ ਫੈਸਟੀਵਲ 'ਚ ਗਈਆਂ ਆ। ਜਿਹੜਾ ਡੀ ਓ ਪੀ ਆ ਉਹ ਸੋਨੂ ਆ, ਔਰ ਜਿਹਨੇ ਆਪਣੇ ਸਾਊਂਡ ਡਿਜ਼ਾਇਨ ਕੀਤਾ ਆ ਉਹ ਵਿੱਕਿਆ ਜਹਾਲ ਆ। ਵਿੱਕਿਆ ਜਹਾਲ ਦੀਆਂ ਵੀ ਆਲਰੇਡੀ ਫਿਲਮਾਂ ਬਹੁਤ ਸਾਰੀਆਂ ਫੈਸਟੀਵਲਸ ਦੇ ਵਿੱਚ ਜਾਂਦੀਆਂ ਰਹਿੰਦੀਆਂ ਹੈ, ਤਾਂ ਪੂਰੀ ਟੀਮ ਅਸੀਂ ਉੱਦਾਂ ਦੀ ਹੀ ਲੈ ਕੇ ਚੱਲੇ ਜਿਹੋ ਕੰਟੈਂਟ ਸੀਗਾ। ਮੈਂ ਮਤਲਬ ਮੈਂ ਆਈ ਮਸਟ ਬੀ ਥੈਂਕਫੁਲ ਐਂਡ ਆਈ ਵਿਲ ਰਿਮੇਨ ਆਲਵੇਜ਼ ਥੈਂਕਫੁਲ ਟੂ ਦੇਵਨ ਪ੍ਰੋਡਕਸ਼ਨ ਕਿ ਉਹਨਾਂ ਨੇ ਇਹ ਜਿਗਰਾ ਦਿਖਾਇਆ ਵੀ ਅਸੀਂ ਬਣਾਉਂਦੇ ਹਾਂ, ਨਹੀਂ ਤਾਂ ਮਤਲਬ ਜਿੰਨੇ ਵੀ ਸੋਸ਼ਲ ਮੀਡੀਆ 'ਤੇ ਆਉਂਦੇ ਆ ਉਹਨਾਂ ਦੇ ਕੋਈ ਇੰਟਰਸਟ ਨਹੀਂ ਸੀ ਇਹਦੇ ਵਿੱਚ। ਇਹਨੂੰ ਸਕ੍ਰਿਪਟ ਸੁਣਨ ਤੋਂ ਬਾਅਦ ਉਹ ਕਹਿੰਦੇ ਯਾਰ ਉਹ ਕਾਮੇਡੀ ਹੈ ਨਹੀਂ ਫਿਲਮ ਦੇ ਵਿੱਚ ਜਾਂ ਉਹ ਮਸਾਲਾ ਹੈ ਨਹੀਂ ਫਿਲਮ ਦੇ ਵਿੱਚ। ਤਾਂ ਕਈ ਵਾਰੀ ਪੰਜਾਬ ਆ ਜਿਹੜਾ ਉਹ ਕਹਿੰਦਾ ਟਰੈਕਟਰ ਜਾਂ ਰਿਵੋਲਵਰ ਨੂੰ ਹੀ ਰੀਪ੍ਰਜੈਂਟ ਨਹੀਂ ਕਰਦਾ ਨਾ, ਪੰਜਾਬੀਆਂ ਦਾ ਆਪਣਾ ਕਲਚਰ ਬਹੁਤ ਰਿਚ ਆ। ਉਸ ਕਲਚਰ ਦੀ ਗੱਲ ਇੱਕ ਪੰਜਾਬੀ ਜੋ ਆਪਣੇ 60-70 ਸਾਲ ਦੀ ਏਜ ਦੇ ਵਿੱਚ ਹੈਗਾ ਜਿਹੜਾ ਮੇਰਾ ਕਰੈਕਟਰ, ਉਹਦੀ ਜਰਨੀ ਸ਼ੁਰੂ ਹੁੰਦੀ ਹੈ, ਉਹਨੂੰ ਲੱਗਦਾ ਵੀ ਯਾਰ ਅੱਜ ਕੱਲ੍ਹ ਫੁੱਲਾਂ 'ਤੇ ਖੁਸ਼ਬੂ ਕਿਉਂ ਨਹੀਂ ਆਉਂਦੀ, ਅੱਜ ਕੱਲ੍ਹ ਉਹ ਫਰੂਟ ਪਹਿਲੇ ਆ ਗਏ ਟੇਸਟ ਕਿਉਂ ਨਹੀਂ ਕਰਦੇ। ਬੇਸਿਕਲੀ ਫੁੱਲ ਜਿਹੜਾ ਉਹ ਮੈਟਾਫਰ ਦਾ ਕੰਮ ਕਰਦਾ ਆ, ਜਿਹਦੀ ਖੁਸ਼ਬੂ ਆ ਉਹ ਵੀ ਮੈਟਾਫਰ ਦਾ ਕੰਮ ਕਰਦੀ ਆ। ਵੀ ਸਾਡੇ ਰਿਸ਼ਤਿਆਂ 'ਚ ਜਿਹੜੀ ਪਹਿਲਾਂ ਗਰਮਾਹਟ ਹੁੰਦੀ ਸੀ, ਦਾ ਕਾਇੰਡ ਆਫ ਵਾਰਮਥ ਵੀ ਯੂਜ਼ ਟੂ ਸ਼ੇਅਰ ਐਜ ਹਿਊਮਨ ਬੀਂਗ, ਉਹ ਚਲੀ ਗਈ ਆ। ਬੇਸਿਕਲੀ ਫਿਲਮ ਉਹਦੀ ਗੱਲ ਕਰਦੀ ਆ, ਉਹਦੀ ਗੱਲ ਕਰਦੀ ਕਰਦੀ ਹੀ ਸਿੰਘੂ ਟਿਕਰੀ 'ਤੇ ਜਾਂਦੀ ਆ ਵੀ ਸਰਕਾਰ ਔਰ ਕਿਸਾਨਾਂ ਦੇ ਵਿੱਚ ਵੀ ਸੰਵਾਦ ਨਹੀਂ ਹੋ ਰਿਹਾ, ਇਸ ਕਰਕੇ ਉਹਨਾਂ ਨੂੰ ਐਡਾ ਲੰਬਾ ਸੰਘਰਸ਼ ਲੜਨਾ ਪੈ ਰਿਹਾ। ਦੈਟਸ ਇਟ, ਥੈਂਕ ਯੂ। ਨਹੀਂ ਇਹ ਜਿਹੜਾ ਕਰੈਕਟਰ ਜਾਂ ਜੇ ਸਬਜੈਕਟ ਆ ਇਹ ਯੂਨੀਵਰਸਲ ਆ ਇਹ ਸਾਡੀ ਫਿਲਮ ਦਾ, ਜਦੋਂ ਅਸੀਂ ਬਣਾ ਲਈ ਫਿਰ ਉਸ ਤੋਂ ਬਾਅਦ ਸਾਨੂੰ ਲੱਗਿਆ ਵੀ ਜੋ ਹੁਣ ਪ੍ਰੈਜੈਂਟ ਦੇ ਵਿੱਚ ਵਾਪਰ ਰਿਹਾ ਆ ਇਹ ਪੂਰੀ ਤਰ੍ਹਾਂ ਸਾਡੀ ਫਿਲਮ ਦੇ ਨਾਲ ਸੰਬੰਧਿਤ ਆ। ਸਾਡਾ ਕਰੈਕਟਰ ਉੱਥੇ ਵੀ ਜਾਊਗਾ, ਉੱਥੇ ਵੀ ਤਾਂ ਡਾਇਲੋਗ ਹੀ ਮਿਸਿੰਗ ਆ ਨਾ ਲੋਕਾਂ ਦੇ ਵਿੱਚ, ਤਾਂ ਗਵਰਨਮੈਂਟ ਦੇ ਵਿੱਚ
ਡਾਇਲੌਗ ਦੀ ਵੀ ਅਸੀਂ ਗੱਲ ਕਰਦੇ ਹਾਂ ਪੂਰੀ ਫਿਲਮ ਦੇ ਵਿੱਚ, ਇਹਦਾ ਟ੍ਰੇਲਰ 'ਚ ਜਦੋਂ ਤੁਸੀਂ ਪੂਰੀ ਫਿਲਮ ਦੇਖੋਗੇ ਉਦੋਂ ਪਤਾ ਲੱਗੂਗਾ ਵੀ ਬੇਸਿਕਲੀ ਉਹ ਕੀ ਗੱਲ ਕਰ ਰਹੀ ਹੈ। मतलब मैं अपने मुंह नहीं कह रहा भी ਕਲੈਰਮੌਂਟ ਫੇਰਾਂਡ ਸ਼ਾਰਟ ਫਿਲਮਾਂ ਦਾ ਮੱਕਾ ਮੰਨਿਆ ਜਾਂਦਾ ਹੈ। हाँ मतलब वो तो फिर नहीं तो समटाइम पीपल वे टिकट इन्ना नैगेटिव वे कि तुम अपनी आप ही तारीफ करी जा रहे हो, पर मक्का मनाया जाता उत्थे जो होगी हूँ। ऑलरेडी बहुत सारे अदर फिल्म फैसटिवल की आ रही है, फिर बहुत सारे फैसटिवल की यह होंगी भी तुम पब्लिक प्लेटफॉर्म से हजे ना पाओ भी पहले इन फैसटिवल से चलन दो, बट साडा लेटर ऑन प्रोग्राम हैगा असी जिहड़ा भी अल्टरनेटिव सिनेमा या मीनिंगफुल सिनेमा हैगा इंडिपेंडेंट लोग फिल्म मेकर है असी प्रोजेक्टर लवेंगे और पिंडा तक पहुँचावे फिल्म। थैंक यू सर। मैं हम हरजीत कैन साहब नाल गल करना चाहूंगा। हरजीत सर तुम अपना तजर्बा जरूर साझा करो कि तुम तो इस कैरेक्टर को हटाया है, विकास साहब ने डायरेक्ट की बहुत वड्डी गल है, बट तुम तो इस चीज को जिया है, तुम की कहना चाहोगे? मेरी जो इन्होंने गल हुई तो पटियाला पंजाबी यूनिवर्सिटी कॉफी हॉल के गल हुई थी, तो इन्होंने मैंने जो कॉन्टैक्ट दसिया फिल्म का जो विषय है तो मैं बड़ा लगे भी हटके आए काम ਕਰੈਕਟਰ ਹੈਗਾ ਤਾਂ ਇਹਨਾਂ ਨੇ ਮੈਨੂੰ ਕੁਛ ਲਾਈਨਾਂ ਦੱਸਿਆ ਵੀ ਤੁਸੀਂ ਬੋਲ ਕੇ ਦਿਖਾਇਓ, ਅਤੇ ਮੈਂ ਜਦੋਂ ਬੋਲਿਆ ਤਾਂ ਇਹਨੂੰ ਪਹਿਲੇ ਵੈਸੇ ਓਕੇ ਆ ਵੀ ਤੁਸੀਂ ਸਾਡੇ ਲਈ ਕੰਮ ਕਰੋਗੇ, ਅਤੇ ਮੈਂ ਕਿਹਾ ਵੀ ਜੇ ਤੁਸੀਂ ਮੇਰੇ 'ਤੇ ਕੰਮ ਮੇਰੇ 'ਤੇ ਵਿਸ਼ਵਾਸ ਕਰਦੇ ਹੋ ਇਸ ਤਰ੍ਹਾਂ ਦਾ ਵੀ ਮੈਂ ਕਰ ਸਕਦਾ ਤਾਂ ਆਈ ਵਿਲੂ, ਅਤੇ ਮੈਂ ਇਹਨਾਂ ਨਾਲ ਉਹ ਐਸੋਸੀਏਟ ਹੋ ਗਿਆ ਫਿਲਮ ਦੇ ਵਿੱਚ, ਅਤੇ ਜੋ ਵੀ ਲਾਈਨ ਸਿੰਗ ਮੈਂ ਕੀਤੀ ਆਪਣੇ ਹਿਸਾਬ ਦੇ ਨਾਲ ਤਾਂ ਇਹਨਾਂ ਨੂੰ ਠੀਕ ਲੱਗਿਆ, ਜਿੱਥੇ ਰੋਕ ਦਿੰਦੇ ਸੀ ਵੀ ਇਹ ਨਹੀਂ ਇੱਦਾਂ ਮਤਲਬ ਥੋੜ੍ਹੀ ਇੱਦਾਂ ਚਾਹੀਦਾ ਆਪਾਂ। ਅਤੇ ਹਰਜੀਤ ਸਰ ਸਕ੍ਰਿਪਟ ਤੁਹਾਡੇ ਕੋਲ ਇੱਕ ਆਈ ਹੋਊਗੀ, ਪਰ ਤੁਹਾਡਾ ਖੁਦ ਦਾ ਬਹੁਤ ਤਜਰਬਾ ਹੈ, ਕੁਛ ਆਪਣਾ ਉਹ ਐਡ ਆਨ ਕੀਤਾ ਕਿ ਵਿਕਰਾਂਤ ਜੀ ਇੱਦਾਂ ਹੋ ਸਕਦਾ ਕਿ ਮੇਰੇ ਹਿਸਾਬ ਨਾਲ ਹੋ ਸਕਦੀ ਹੈ ਇੱਦਾਂ ਹੋ ਸਕਦੀ ਹੈ? ਨਹੀਂ ਮੈਂ ਇੱਦਾਂ ਨਹੀਂ ਕੀਤਾ, ਮੈਂ ਸਾਰਾ ਇਹਨਾਂ 'ਤੇ ਕਰਤਾ ਸੀ, ਇਹਨਾਂ ਨੇ ਮੈਨੂੰ ਵੀ ਪੂਰੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਸੀ ਕਿ ਤੁਸੀਂ ਜੋ ਵੀ ਮਹਿਸੂਸ ਕਰਦੇ ਹੋ ਐਜ਼ ਏ ਕੈਰੈਕਟਰ ਤਾਂ ਤੁਸੀਂ ਆਪਣਾ ਉਸ ਟਾਈਮ ਤੁਹਾਨੂੰ ਖੁੱਲ੍ਹ ਹੈਗੀ ਆ, ਲੇਕਿਨ ਇਹਨਾਂ ਦਾ ਜੋ ਦਾਇਰਾ ਜੋ ਆਪਣੇ ਆਪ ਹੀ ਸੀਨ ਲੈਂਦੇ ਸੀ, ਇੱਕ ਸਿੰਗ ਆਹ ਐਂਗਲ ਤੋਂ ਲੈ ਲਿਆ, ਦੂਜੇ ਐਂਗਲ ਤੋਂ ਲਿਆ, ਥਰਡ ਐਂਗਲ ਤੋਂ ਲੈ ਲਿਆ, ਤਾਂ ਮੈਂ ਕਿ ਐਡਿਟ ਕਰਨਗੇ ਆਪਣੇ ਹਿਸਾਬ ਦੇ ਨਾਲ, ਤਾਂ ਮੈਂ ਆਪਣੇ ਵੱਲੋਂ ਜੋ ਵੀ ਮੈਨੂੰ ਲੱਗਿਆ ਮੈਨੂੰ ਲੱਗਦਾ ਬੈਸਟ ਹੈ ਮੇਰਾ ਅਤੇ ਮੈਂ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਮੈਂ ਸਭ ਨਾਲੋਂ ਵੱਡਾ ਰਹਿੰਦੀ ਇਹਨਾਂ ਦਾ ਇਸ ਕਰਕੇ ਇਹਨਾਂ ਨੇ ਬੜੀ ਸਹਿਜਤਾ ਦੇ ਨਾਲ ਇਹਨਾਂ ਨੇ ਮੈਨੂੰ ਕੰਮ ਕੀਤਾ, ਬਹੁਤ ਸਹਿਜਤਾ ਦੇ ਨਾਲ ਕੰਮ ਕਰਾਇਆ ਅਤੇ ਮੇਰੇ ਕਿਸੇ ਕਿਸਮ ਦਾ ਕੋਈ ਪ੍ਰੈਸ਼ਰ ਨਹੀਂ ਸੀ, ਬੜੇ ਰਿਲੈਕਸ ਮੂਡ ਦੇ ਵਿੱਚ ਅਸੀਂ ਉਹ ਕੰਮ ਕੀਤਾ, ਅਤੇ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਵੀ ਤੁਸੀਂ ਐਡੇ ਵੱਡੇ ਪਲੇਟਫਾਰਮ 'ਤੇ ਫਿਲਮ ਨੂੰ ਸਾਡੇ ਲੈ ਗਏ ਜਿਹੜੇ ਬਣਾਈਏ ਤੁਸੀਂ, ਅਤੇ ਉਹਦੇ ਲਈ ਮੈਂ ਸਾਰੇ ਪੰਜਾਬੀਆਂ ਨੂੰ ਇਸ ਗੱਲ ਦੀ ਮਾਣ ਦੀ ਗੱਲ ਹੈ ਕਿ ਸਾਡੇ ਲਈ ਪੰਜਾਬੀ ਫਿਲਮ ਸਾਡੀ ਬੋਲੀ ਨੂੰ ਤੁਸੀਂ ਕਿਸੇ ਲੈਵਲ 'ਤੇ ਲੈ ਗਏ। ਥੈਂਕ ਯੂ ਸੋ ਮਚ ਹਰਜੀਤ ਸਰ। ਅਤੇ ਸਾਹਿਲ ਦੇਵਗਰ ਭਾਅ ਜੀ ਇਹਨਾਂ ਦੀ ਫੈਮਿਲੀ ਸਾਡੇ ਨਾਲ ਆ, ਅਤੇ ਮੈਂ ਉਹਨਾਂ ਕੋਲ ਵੀ ਜਾਣਨਾ ਚਾਹੁੰਦਾ ਕਿ ਵੀ ਜਿੱਦਾਂ ਉਹਨਾਂ ਨੇ ਦੱਸਿਆ ਕਿ ਕਹਿੰਦੇ ਵੀ ਕੌਮੇਡੀ ਹੈ ਨਹੀਂ ਅਤੇ ਹੋਰ ਮਸਾਲਾ ਹੈ ਨਹੀਂ, ਇਹਦੇ ਪ੍ਰੋਡਿਊਸਰ ਵੀ ਮਿਲੇ ਸੀਗੇ, ਬਹੁਤ ਤੁਹਾਡਾ ਦਿਲ ਦੁਖਾਇਆ ਤੁਹਾਡੀ ਫੈਮਿਲੀ ਤੁਸੀਂ ਜਿਹਨੂੰ ਪ੍ਰੋਡਿਊਸ ਕੀਤਾ, ਤੁਹਾਡੀ ਕੀ ਫੈਮਿਲੀ ਡਿਸਕਸ਼ਨ ਸੀਗੀਆਂ ਜਾਂ ਕਿਸ ਸੋਚ ਦੇ ਨਾਲ ਤੁਸੀਂ ਇਸ ਫਿਲਮ ਨੂੰ ਬਣਾਇਆ? ਵਿਕਰਾਂਤ ਸਰ ਨੂੰ ਵਿਕਰਾਂਤ ਸਰ ਆਏ ਸਾਡੇ ਕੋਲ, ਠੀਕ ਹੈ, ਬਹੁਤ ਪਹਿਲੇ ਫੈਮਿਲੀ ਨਾਲ ਬਹੁਤ ਸਾਡਾ ਪਹਿਲੇ ਦਾ ਪਿਆਰ ਸੀ ਇਹਨਾਂ ਨਾਲ, ਸਰ ਨੇ ਉਸਨੂੰ ਸਟੋਰੀ ਦੱਸੀ ਸੁਣਾਈ ਸਾਰੀ, ਸਾਨੂੰ ਬਹੁਤ ਵਧੀਆ ਲੱਗੀ ਕਿਉਂਕਿ ਅੱਜ ਦੇ ਜਿਹੜੀ ਫਿਲਮਾਂ ਆ ਰਹੀ ਹੈ ਮੋਸਟਲੀ ਤੁਸੀਂ ਦੇਖੋਗੇ ਬੋਲੀਵੁੱਡ ਫਿਲਮ ਦੇਖੋਗੇ, ਆਪਾਂ ਫੈਮਿਲੀ ਨਾਲ ਨਹੀਂ ਦੇਖ ਸਕਦੇ ਹੁਣ, ਆਪਣੇ ਕਲਚਰ ਨੂੰ ਆਪਣੇ ਟ੍ਰੈਡੀਸ਼ਨ ਨੂੰ ਉਹਨੂੰ ਨਹੀਂ ਕਰ ਰਹੀਆਂ, ਜਿਹੜੀ ਇਹਨਾਂ ਨੇ ਫਿਲਮ ਸੁਣਾਈ ਸਟੋਰੀ ਦੱਸੀ ਸਾਰੀ, ਜਿਹੜੀ ਆਪਣੇ ਜਿਹੜਾ ਆਪਣਾ ਕਲਚਰ ਹੈ ਸਾਰਾ, ਜਿੱਦਾਂ ਆਪਣੀ ਖੁਸ਼ਬੂ ਹੈ, ਜਿਹੜੀ ਆਪਣੀ ਚੀਜ਼ ਹੈ, ਉਹ ਚੀਜ਼ ਨੂੰ ਆਪਾਂ ਰੀਪ੍ਰਜੈਂਟ ਕਰ ਰਹੇ ਹਾਂ, ਅਤੇ ਫਿਲਮ ਬਹੁਤ ਹੀ ਸਾਡੇ ਦਿਲ ਨੂੰ ਬਹੁਤ ਵਧੀਆ ਲੱਗੀ, ਅਤੇ ਵੀ ਥੋਟ ਕਿ ਨਹੀਂ ਇਹ ਹੋਣੀ ਚਾਹੀਦੀ ਹੈ। ਬਸ ਹਮਾਰੇ ਕਲਚਰ ਕੋ ਰਿਪ੍ਰੈਜ਼ੈਂਟ ਕਰ ਰਹੀ ਹੈ, ਸੋ ਵੀ ਆਰ ਵੈਰੀ ਹੈਪੀ ਟੂ ਸ਼ੇਅਰ ਦਿਸ ਮੂਵੀ ਵਿਦ ਆਲ ਆਫ ਯੂ। ਸ਼ੋਰ ਵੀ ਬੋਲੇ ਬਹੁਤ ਥੋੜਾ ਬੋਲੇ, ਕੈਮਰਾ ਕੈਪਚਰ ਕਰੇ ਪ੍ਰੋਪਰ। ਫਿਰ ਵੀ ਜਦੋਂ ਫਿਲਮ ਤੁਸੀਂ ਪੂਰੀ ਦੇਖ ਲਈ ਸੀ? ਹਾਂਜੀ ਹਾਂਜੀ। ਫਿਰ ਉਹ ਇੱਕ ਹੋਰ ਕੀ ਦਿਲ ਦਾ ਦਿਮਾਗ 'ਚ ਆਇਆ ਵੀ ਖੁਸ਼ਬੂ ਕਿਉਂ ਨਹੀਂ ਰਹੀ, ਜਿੱਦਾਂ ਟਾਈਟਲ ਬਹੁਤ ਸੋਹਣਾ ਉਹਨੇ ਦੱਸਿਆ ਵੀ ਉਹ ਖੁਸ਼ਬੂ ਨਹੀਂ ਰਹੀ ਨਾ ਫੁੱਲਾਂ ਦੇ ਵਿੱਚ ਨਾ ਲੋਕਾਂ ਦੇ ਵਿੱਚ, ਤਾਂ ਤੁਸੀਂ ਲੱਗਦਾ ਵੀ ਕੀ ਰੀਜ਼ਨ ਹੈ? ਹਰਦੀਪ ਕੌਰ ਜੀ, ਥੈਂਕ ਯੂ। ਹਰਜੀਤ ਕੌਰ ਵੰਸ਼ਿਕਾ
ये फिल्म खुशबू, इसमें हमारे पंजाब कल्चर के बारे में बताया गया है कि जो आज फैमिली में इतना प्यार इतना ये सब नहीं रहा, मतलब हम यहाँ पे उसने जब वो टच करा द बाम दे वी आर नॉट गेटिंग दैट बिकॉज द लव इन आर फैमिली उन सारे जी दा बाहर रहंदे है वो प्यार फैमिली जो नहीं रहा जिहड़ा वो टच पहले दा सीगा जब बह के सारे बहिंदे सी इकट्ठे बहिंदे सीगे वो खुशबू जिहड़ी मिट्टी दी खुशबू सीगी वो चीज़ नू कोई चक ही नहीं रहा सी ना ना ही फिल्म च आ रहा सी किसी ना बॉलीवुड ला लो ना ना तुसी पंजाबी फिल्म ला लो ना कहीं ला लो किसी चीज़ नू आ ही नहीं रही उस ना चीज़ दब रही सी मोस्टली अजकल की चल रहा है वो हो गया कमेडी हो गई चलो वधिया वो चीज़ हासा होना चाहिए होर वलगर थोड़ी अजकल ज़्यादा आ गई हुई है बच्चे आप देख नहीं सकते फैमिली नाल वो चीज़ नू बेसिकली इसमें फैमिली का प्यार बताया गया है कि आजकल जो बच्चे बाहर जा रहे हैं अपनी फैमिली को इतना टाइम नहीं दे पा रहे तो वो एक इनर हैप्पीनेस इनर लव अपनी फैमिली में जो एक कमी है तो वो एक कमी को ही रिप्रेजेंट करा गया है कि आज हमें वो खुशबू अपने फील्ड में अपनी फैमिली में नज़र नहीं आ रही है बेसिकली दैट ये एक जो ये फिल्म बेसिकली इसलिए है कि हम अपने जब वो खुशबू जो है हमारी फैमिली में आजकल नजर नहीं आ रही टोटल बेसिकली दोनों दोनों कवर कर रहे नहीं थोड़ा जहा ओदा हैगा बिकॉज जदों असी डायलॉग दी संवाद दी गल करदे आ भी डायलॉग मिसिंग आ ਤਾਂ ਉਦੋਂ ਇਹ ਤਾਂ ਇਸ ਤੋਂ ਵੱਡਾ ਤਾਂ ਕੋਈ ਐਗਜ਼ਾਮਪਲ ਹੈ ਹੀ ਨਹੀਂ ਵੀ ਕਿਸਾਨਾਂ 'ਚ ਤਾਂ ਸਰਕਾਰ ਦੇ ਵਿੱਚ ਵੀ ਡਾਇਲੋਗ ਮਿਸਿੰਗ ਸੀਗਾ ਤਾਂ ਹੀ ਉਹਨਾਂ ਨੂੰ ਹਾਂ ਉਹਦਾ ਥੋੜ੍ਹਾ ਜਿਹਾ ਪਾਰਟ ਉਹਦਾ ਵੀ ਹੈਗਾ ਆ ਕਿਉਂਕਿ ਯੂਨੀਵਰਸਲੀ ਹੀ ਟੱਚ ਕਰਦਾ ਇਹ ਸਬਜੈਕਟ ਜਦੋਂ ਆਪਾਂ ਹਿਊਮਨ ਰਿਲੇਸ਼ਨ ਦੀ ਗੱਲ ਕਰਦੇ ਹਾਂ ਸਰਕਾਰ ਵੀ ਤਾਂ ਕੋਈ ਮਤਲਬ ਇਨਟੈਂਜੀਬਲ ਨਹੀਂ ਟੈਂਜੀਬਲ ਬੰਦੇ ਹੀ ਬੈਠੇ ਰਹਿਣ ਸਰਕਾਰ ਦੇ ਵਿੱਚ ਉਹਨਾਂ ਵਿੱਚ ਤਾਂ ਕਿਸਾਨਾਂ ਦੇ ਵਿੱਚ ਵੀ ਨਹੀਂ ਡਾਇਲੋਗ ਹੋ ਰਿਹਾ ਸੀ ਯਾ ਨਹੀਂ ਨਹੀਂ ਇੱਦਾਂ ਦਾ ਕੁਛ ਨਹੀਂ ਹੈਗਾ ਬਿਕੋਜ਼ ਜਿਹੜਾ ਮੇਰਾ ਕੰਟੈਂਟ ਆ ਕੰਟੈਂਟ ਦਾ ਇਹ ਹਿੱਸਾ ਆ ਹਿੱਸਾ ਪਾਰਟ ਆ ਇੱਕ ਇਟਸ ਨੋਟ ਦਾ ਫੁੱਲ ਫਿਲਮ ਇਜ਼ ਨੋਟ ਔਨ ਅਬਾਊਟ ਦਿਸ ਓਨਲੀ ਹਾਂ ਨਹੀਂ ਨਹੀਂ ਮਤਲਬ ਉਹਨਾਂ ਨਹੀਂ ਹੈਗਾ ਪਰ ਉਹਦਾ ਕੁਛ ਹਿੱਸਾ ਇਹਦੇ ਵਿੱਚ ਨਾਲ ਹੈ ਕਿਹਦੀ ਪਰੇਸ਼ਾਨੀ ਬਾਰੇ ਨਹੀਂ ਤੁਸੀਂ ਇਹ ਤਾਂ ਟ੍ਰੇਲਰ 'ਚ ਵੀ ਦੇਖਿਆ ਹੋਣਾ ਜਦੋਂ ਉਹਦੀ ਫਸਲ ਮਰ ਗਈ ਆ ਹਾਂ ਪੇਨ ਹਾਂਜੀ ਪੇਨ ਹੈਗੀ ਹੋਈ ਆ ਹਾਂਜੀ ਬੇਸਿਕਲੀ ਜਿਹੜਾ ਮੇਨ ਜਿਹੜਾ ਸਾਡਾ ਕੰਟੈਂਟ ਆ ਬੇਸਿਕਲੀ ਫੋਕਸਡ ਔਨ ਜਿਹੜੀ ਸਾਡੀ ਵਾਰਮਥ ਵੀ ਯੂਜ਼ ਟੂ ਸ਼ੇਅਰ ਐਜ਼ ਹਿਊਮਨ ਬੀਇੰਗਸ ਇਟਸ ਗੋਨ ਨਾਓ ਵੀ ਆਰ ਮੋਰ ਪਲਾਸਟਿਕ ਨਾਓ ਮਤਲਬ ਇਹ ਆ ਹਾਂਜੀ ਉਹੀ ਥੋੜ੍ਹੀ ਜਿਹਾ ਕਲਚਰ 'ਚ ਸਾਡੇ ਮੈਂ ਪਿੰਡਾਂ 'ਚ ਗਿਆ ਮੈਂ ਦੇਖਿਆ ਜਦੋਂ ਮੀਂਹ ਪੈਣ ਵਾਲਾ ਹੁੰਦਾ 6 ਫੁੱਟ ਦੇ ਬੰਦੇ ਦੀ ਸ਼ਕਲ ਕੀ ਬਣਦੀ ਆ ਜਦੋਂ ਉਹਦੀ ਫਸਲ ਖੜੀ ਹੁੰਦੀ ਆ ਵੀ ਜੇ ਮੀਂਹ ਪੈ ਗਿਆ ਮੀਂਹ ਰੋਕ ਨਹੀਂ ਸਕਦਾ ਉਹ ਠੀਕ ਹੈ ਨਾ ਤਾਂ ਉਹ ਰੋਕ ਨਹੀਂ ਸਕਦਾ ਉਦੋਂ ਉਹਦਾ ਫੇਸ ਰੀਡ ਕਰਨ ਵਾਲਾ ਹੁੰਦਾ ਮੈਂ ਖੇਤਾਂ ਦੇ ਵਿੱਚ ਹੀ ਕੰਮ ਕੀਤਾ ਮੈਂ ਜਦੋਂ ਛੋਟਾ ਮੇਰਾ ਬਚਪਨ ਸਾਰਾ ਜਿਹੜਾ ਹੈ ਉਹ ਖੇਤਾਂ ਦੇ ਵਿੱਚ ਕਿਸਾਨੀ ਦੇ ਨਾਲ ਹੀ ਗੁਜ਼ਾਰਿਆ ਮੈਂ ਮਹਿਸੂਸ ਕੀਤਾ ਜਿਹੜੀ ਫਸਲਾਂ ਜਿਹੜੀਆਂ ਆਪਣੇ ਬੱਚਿਆਂ ਵਾਂਗੂ ਹੁੰਦੀ ਹੈ ਅਤੇ ਚਲੋ ਉਹ ਟੱਚ ਕਰਦਾ ਅਤੇ ਉਹਨੂੰ ਲੱਗਦਾ ਮੇਰੇ ਧੀਆਂ ਪੁੱਤਰ ਨੇ ਇਹ ਜਿਹੜਾ ਵਾਰਮਥ ਜਿਹੜੀ ਹੈਗੀ ਉਹ ਉਹਦੇ ਨਿੱਜੀ ਬੰਦੇ ਜਿਹੜਾ ਮਹਿਸੂਸ ਕਰਦਾ ਉਹ ਇਹੀ ਹੈ ਲੇਕਿਨ ਉਹੀ ਸਾਡੀ ਜੋ ਮਿਸਿੰਗ ਹੋ ਰਹੀ ਹੈ ਜਿਹੜੇ ਵਿੱਚ ਮੈਨ ਟੂ ਮੈਨ ਜਾਂ ਟੈਕਨੋਲੋਜੀ ਦੂਰ ਕਰ ਰਹੀ ਜਾਂ ਕਿਵੇਂ ਹੋ ਰਹੀ ਸਾਡੇ ਜੋ ਖੁਸ਼ਬੂ ਨਹੀਂ ਰਹੀ ਅਸੀਂ ਉਹ ਸਭ ਕੁਛ ਬਨਾਵਟੀ ਹੈਗਾ ਸਾਡੇ ਕੋਲ ਮੈਂ ਕਿਉਂਕਿ ਵਿਕਰਾਂਤ ਅਸੀਂ ਦੋਸਤ ਹਾਂ ਛੋਟਾ ਭਰਾ ਵਰਗਾ ਮੇਰਾ ਬਹੁਤ ਪਿਆਰਾ ਅਤੇ ਬਹੁਤ ਕ੍ਰੀਏਟਿਵ ਹੈ ਅਤੇ ਮੈਂ ਓਨਰਡ ਫੀਲ ਕਰਦੀ ਹਾਂ ਕਿ ਵਿਕਰਾਂਤ ਕਦੇ ਕਦੇ ਅਸੀਂ ਗੱਲਬਾਤ ਜਾਂ ਡਾਇਲੋਗ ਇਸ ਤਰ੍ਹਾਂ ਦਾ ਕਰਦੇ ਰਹੇ ਹਾਂ ਤਾਂ ਇੰਟਰਸਟਿੰਗ ਗੱਲ ਹੈ ਕਿ ਥੀਏਟਰ ਡਿਪਾਰਟਮੈਂਟ 'ਚ ਹਰਜੀਤ ਕੈਂਥ ਜੀ ਮੇਰੇ ਬਹੁਤ ਸੀਨੀਅਰ ਨੇ ਅਤੇ ਇੱਥੇ ਮੇਰਾ ਜੋ ਮੰਨਣਾ ਆ ਪਰਸਨਲੀ ਐਜ਼ ਜਰਨਲਿਸਟ ਐਜ਼ ਹਿਊਮਨ ਬੀਇੰਗ ਦਿਸ ਫਿਲਮ ਇਜ਼ ਨੋਟ ਓਨਲੀ ਅਬਾਊਟ ਫੈਮਿਲੀ ਫੈਮਿਲੀ ਤੁਹਾਡੀ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ ਕਰੈਕਟ ਕਰਿਓ ਮੈਨੂੰ ਜੇ ਮੈਂ ਗਲਤ ਇੰਟਰਪ੍ਰੀਟ ਨਹੀਂ ਹਮੇਸ਼ਾ ਹਰ ਕਿਸੇ ਦਾ ਇੱਕ ਲੇਅਰ ਫੜਦਾ ਹੁੰਦਾ ਓਵਰਆਲ ਦੁਨੀਆ ਵਿੱਚੋਂ ਜਿਹੜੀ ਖੁਸ਼ਬੂ ਮੁੱਕ ਗਈ ਹੈ ਜਿਹੜੀ ਚੀਜ਼ਾਂ 'ਚੋਂ ਮਹਿਕ ਮੁੱਕ ਗਈ ਹੈ ਈਵਨ ਪੁਦੀਨੇ ਦੀ ਮਹਿਕ ਉਹ ਨਹੀਂ ਰਹੀ ਧਨੀਏ ਦੀ ਮਹਿਕ ਉਹ ਨਹੀਂ ਰਹੀ ਇੰਨਾ ਅਤੇ ਖਾਸ ਕਰਕੇ ਐਜ਼ ਜਰਨਲਿਸਟ
ਜਾਂ ਪੇਂਡੂ ਹੋਣ ਕਰਕੇ ਮੇਰਾ ਇਹ ਮੰਨਣਾ ਆ ਕਿ ਮੇਰੀ ਪਰਸਨਲ ਇੰਟਰਪ੍ਰੀਟੇਸ਼ਨ ਇਹ ਹੈ ਕਿ ਹੁਣ ਜਦੋਂ ਕਾਰਪੋਰੇਟ ਕੰਪਨੀਆਂ ਟਰਮੀਨੇਟਡ ਸੀਡਸ ਲਿਆ ਰਹੀਆਂ ਨੇ ਤੇ ਉਹਨਾਂ 'ਚ ਖੁਸ਼ਬੂ ਪਹਿਲਾਂ ਹੀ ਨਹੀਂ ਹੈਗੀ, ਜਿਹੜੇ ਇਹ ਨਵੇਂ ਜੈਨੇਟਿਕਲੀ ਮੋਡੀਫਾਈਡ ਸੀਡਸ ਨੇ ਉਹਨਾਂ 'ਚ ਖੁਸ਼ਬੂ ਨਹੀਂ ਹੈਗੀ, ਤੇ ਅਸੀਂ ਇੰਨੇ ਕਮਰਸ਼ੀਅਲ ਹੋ ਗਏ ਹਾਂ ਕਿ ਅਸੀਂ ਸਾਰਾ ਕੁਛ ਡਾਇਲੋਗ ਖੁਸ਼ਬੂ ਭਾਵੇਂ ਰਿਸ਼ਤਿਆਂ ਦੀ ਹੈ, ਮੋਹ ਦੀ ਹੈ, ਨਿੱਘ ਦੀ ਹੈ, ਉਹ ਇਕੱਲੀ ਫੈਮਿਲੀ ਨੇ ਉਹ ਇੰਟਰ ਮਤਲਬ ਇੰਟਰਕੋਂਟੀਨੈਂਟਲ ਪੂਰੀ ਦੁਨੀਆ 'ਚ ਹੋ ਸਕਦੀ ਹੈ। ਅਸੀਂ ਸਾਰੀਆਂ ਚੀਜ਼ਾਂ ਲਈ ਅਸੰਵੇਦਨਸ਼ੀਲ ਅਤੇ ਕਸਾਈ ਬਣ ਗਿਆ। ਮੇਰਾ ਮੰਨਣਾ ਇਹ ਹੈ ਉਹ ਪੇਨ ਹੈ ਜਿਹੜਾ ਇਸ ਵਿੱਚ ਪਾਤਰ ਹਰਜੀਤ ਕੈਥ ਜੀ ਨੇ ਪਲੇ ਕੀਤਾ ਹੈ ਅਤੇ ਉਹ ਹਰ ਥਾਂ ਮਹਿਕ ਲੱਭ ਰਹੇ ਨੇ, ਫੁੱਲਾਂ ਤੋਂ ਲੈ ਕੇ ਖੇਤਾਂ 'ਚੋਂ, ਧਰਤੀ 'ਚੋਂ, ਰਿਸ਼ਤਿਆਂ 'ਚੋਂ, ਉਹ ਕਿਤੇ ਹੈ। ਅਤੇ ਮੇਰੀ ਇੰਟਰਪ੍ਰੀਟੇਸ਼ਨ ਕਿਉਂਕਿ ਦੂਰ ਤੱਕ ਜਾਂਦੀ ਹੈ ਕਿ ਹੁਣ ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਟਰਮੀਨੇਟਡ ਸੀਡਸ ਲਿਆ ਰਹੀਆਂ ਨੇ ਉਹ ਉੱਗਣਗੇ ਵੀ ਨਹੀਂ, ਉਹ ਤੋਂ ਅਗਲਾ ਖਤਰਾ ਖਤਰਨਾਕ ਖਤਰਾ ਸਾਡੇ ਤੋਂ ਰੋਟੀ ਵੀ ਦੂਰ ਕਰੇਗਾ। ਮੈਂ ਗਲਤ ਤਾਂ ਨਹੀਂ ਵਿਕਰਾਂ? ਨਹੀਂ ਠੀਕ ਹੈ। ਲਾਸਟ ਕੁਐਸਚਨ ਹੈ ਵਿਕਰਾਂ, ਵਾਈ ਇਟਸ ਨਾਟ ਅ ਫਿਲਮ ਦੈਨ? ਵਾਈ ਇਟਸ ਨਾਟ ਅ ਫੁੱਲ ਫੀਚਰ ਫਿਲਮ? ਵਾਈ ਯੂ ਵੈਂਟ ਫੋਰ ਅ ਸ਼ਾਰਟ ਫਿਲਮ? ਸੀ ਵੈਨ ਆਈ ਰੈਡ ਦਿਸ ਸਟੋਰੀ ਤਾਂ ਮੈਨੂੰ ਉਦੋਂ ਲੱਗਿਆ ਕੰਟੈਂਟ, ਮੈਂ 2 ਸਾਲ ਪਹਿਲਾਂ ਦੀ ਗੱਲ ਕਰਦਾ ਹਾਂ, ਉਦੋਂ ਮੈਨੂੰ ਫੀਚਰ ਵਾਲਾ ਕੰਟੈਂਟ ਨਹੀਂ ਲੱਗਿਆ, ਮੈਨੂੰ ਲੱਗਿਆ ਵੀ ਸ਼ੋਰਟ ਦੇ ਵਿੱਚ ਇਹਨੂੰ ਦੱਸਿਆ ਜਾ ਸਕਦਾ ਫਿਲਹਾਲ। ਪਰ ਅਗੇਨ ਜੇ ਫੀਚਰ ਵੀ ਹੁੰਦੀ ਤਾਂ ਭਾਅ ਜੀ ਫਿਰ ਇਹਨੂੰ ਸ਼ਾਇਦ 5 ਸਾਲ ਹੋਰ ਲੱਗ ਜਾਂਦੇ ਬਣਨ ਲਈ, ਸਮਝਦੇ ਦੈਨ ਜੀ ਦੈਨ ਦੈਟ ਪ੍ਰੋਡਿਊਸਰ ਹੈਜ਼ ਟੂ ਪੁੱਟ ਲੋਟ ਆਫ ਮਨੀ ਇਨ ਇਟ। 15 ਮਿੰਟ 14 ਮਿੰਟ 59 ਸੈਕਿੰਡ ਦੀ ਹੈ। ਆਲ ਦ ਬੈਸਟ। ਯਾ ਥੈਂਕ ਯੂ।